ਜਲੰਧਰ ਕਮਿਸ਼ਨਰੇਟ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਵਿਅਕਤੀਆਂ ਦੇ ਕੋਲੋਂ 861 ਗ੍ਰਾਮ ਸੋਨਾ ਅਤੇ ਹੀਰੇ ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਦੇ ਕੋਲੋਂ ਬਿੱਲ ਅਤੇ ਕਾਗਜ਼ਾਤ ਮੰਗੇ ਤਾਂ ਉਹ ਪੇਸ਼ ਨਹੀਂ ਕਰ ਸਕੇ, ਜਿਸ ਦੇ ਬਾਅਦ ਪੁਲਿਸ ਨੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 3 ਦੇ SHO ਨਵਦੀਪ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਦੋਸ਼ੀ ਦੇ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਣਯੋਗ ਕਮਿਸ਼ਨ ਸਾਹਿਬ ਦੀਆਂ ਹਦਾਇਤਾਂ 'ਤੇ ਜਿਹੜੀ ਨਾਕੇਬੰਦੀ ਚੱਲਦੀ ਹੈ ਉਹਦੇ 'ਚ ਜਿਹੜੀ ਆ PS ਡਿਵੀਜ਼ਨ ਨੰਬਰ 3 ਨੂੰ ਸਕਸੈਸ ਮਿਲਿਆ। ਅੱਜ ਇਹ ਅਸੀਂ ਜਿਹੜਾ ਮਗਤ ਰਾਮ ਆ PS ਡਿਵੀਜ਼ਨ ਨੰਬਰ 3 ਤੋਂ ਇਹਨੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਪੰਜ ਪੀਰ ਚੌਂਕ ਦੇ ਕੋਲ ਇੱਕ ਕਾਰ ਸਵਾਰ ਜਿਹੜੇ ਸੀਗੇ ਉਹਦੇ ਵਿੱਚ ਇੱਕ ਜਣਾ ਹੋਰ ਸੀਗਾ ਨਾਲ, ਇਹ ਸਾਗਰ ਹੈ ਅਤੇ ਦੂਸਰਾ ਨਾਂ ਆਸ਼ੂ ਹੈ। ਇਹ ਦੋਵੇਂ ਰਾਮਾ ਮੰਡੀ ਦੇ ਰਹਿਣ ਵਾਲੇ ਨੇ। ਉਹ ਜਦੋਂ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ ਜਿਹੜਾ ਉਹਨਾਂ ਦੇ ਪੋਜੈਸ਼ਨ 'ਚੋਂ ਕੁਝ ਸੋਨਾ ਮਿਲਿਆ ਹੈਗਾ ਜਿਹੜਾ ਵਜ਼ਨ ਕਰਨ 'ਤੇ ਕੁਛ 861 ਗ੍ਰਾਮ ਹੈ। ਇਹਦੇ ਵਿੱਚ ਡਾਇਮੰਡ ਅਤੇ ਉਹਦੀ ਗੋਲਡ ਦੀ ਜੁਵਲਰੀ ਹੈ। ਸੋ ਇਹ ਜਿਹੜੀ ਗੋਲਡ ਦੀ ਜੁਵਲਰੀ ਹੈ ਇਹ ਕਿਹਦੇ ਕੋਲੋਂ ਲੈ ਕੇ ਆਏ ਸੀਗੇ ਅਤੇ ਗਾਓਂ ਕਿੰਨੇ ਦੀ ਲੈ ਕੇ ਆਏ ਸੀਗੇ ਇਹਦੇ ਬਾਰੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਤਾਂ ਕੋਈ ਸੈਟਿਸਫੈਕਟਰੀ ਆਂਸਰ ਨਹੀਂ ਦੇ ਸਕੇ, ਜਿਸ ਕਰਕੇ ਅਸੀਂ ਜਿਹੜਾ ਇਹ ਜਿਹੜੀ ਸਾਰੀ ਜੁਵਲਰੀ ਜਿਹੜੀ ਕਬਜ਼ੇ 'ਚ ਲੈ ਲਈ ਹੈ। ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮ ਕਰ ਦਿੱਤਾ ਹੈ ਅਤੇ ਉਹ ਹੁਣ ਆਪਣੀ ਜਿਹੜੀ ਆ ਪ੍ਰੋਸੀਡਿੰਗ ਜਿਹੜੀ ਆ ਫਰਦਰ ਉਹ ਇਨੀਸ਼ੀਏਟ ਕਰ ਰਹੇ ਆ ਅਤੇ ਇਹਦਾ ਜਿਹੜੇ ਪਿੱਛੇ ਤਾਂ ਜੇ ਕੋਈ ਨੈਕਸਸ ਹੋਇਆ ਜਾਂ ਕੁਛ ਵੀ ਹੋਇਆ ਉਹ ਇਸ ਸੰਬੰਧ ਦੇ ਵਿੱਚ ਉਹ ਵੀ ਇਨਵੈਸਟੀਗੇਸ਼ਨ ਕਰਨਗੇ ਤਾਂ ਅਸੀਂ ਵੀ ਕਰਾਂਗੇ। ਜਿਸ ਤਰੀਕੇ ਨਾਲ ਫਰਦਰ ਇਨਵੈਸਟੀਗੇਸ਼ਨ 'ਚ ਕੋਈ ਨਵਾਂ ਪਹਿਲੂ ਸਾਹਮਣੇ ਆਇਆ ਤਾਂ ਉਹ ਪ੍ਰੈਸ ਨੂੰ ਜਿਹੜਾ ਬਰੀਫ ਕਰ ਦਿੱਤਾ ਜੀ। ਇਹਦੇ ਬਾਰੇ ਹਲੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਬਾਰੇ ਉਹ ਵੀ ਇਨਵੈਸਟੀਗੇਸ਼ਨ ਕਰ ਰਹੇ ਇਨਕਮ ਟੈਕਸ ਡਿਪਾਰਟਮੈਂਟ ਦੇ। ਇਹਨਾਂ ਦਾ ਜਿਹੜਾ ਇਹ ਸਾਗਰ ਹੈ ਇਹਦੇ ਬਾਰੇ ਪਤਾ ਲੱਗਿਆ ਵੀ ਇਹ ਪਹਿਲਾਂ ਵੀ ਕਿਸੇ ਮੁਕੱਦਮੇ ਦੇ ਵਿੱਚ ਰਹਿ ਕੇ ਆਇਆ ਆ, ਹੁਣ ਉਹਦੇ ਬਾਰੇ ਜਿਹੜਾ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਕਿਹੜਾ ਮੁਕੱਦਮਾ ਹੈ।